ਆਸਟ੍ਰੇਲੀਆ ਦੇ ਜੰਗਲਾਂ ਵਿੱਚ ਭਾਰੀ ਅੱਗ ਲੱਗਣ ਤੋਂ ਬਾਅਦ ਹੁਣ ਨਿਊ ਸਾਊਥ ਵੇਲਸ ਵਿੱਚ ਧੂੜ ਦੇ ਤੂਫਾਨ ਨੇ ਲੋਕਾਂ ਲਈ ਨਵੀਆਂ ਮੁਸੀਬਤਾਂ ਖੜੀਆਂ ਕੀਤੀਆਂ ਨੇ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਵਿੱਚ ਧੂੜ ਦੇ ਤੂਫਾਨ ਦੇ ਕਾਰਨ ਦਿਨ ਵੇਲੇ ਹੀ ਹਨੇਰਾ ਛਾ ਗਿਆ। ਇਸ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਗਈਆਂ ਨੇ। ਇਸ ਨੇ ਨਿਊ ਸਾਊਥ ਵੇਲਸ ਦੇ ਨੇੜਲੇ ਸ਼ਹਿਰਾਂ ਵਿੱਚ ਧੂੜ ਦੇ ਤੂਫਾਨ ਵਾਲਾ ਮੌਸਮ ਬਣਾ ਦਿੱਤਾ। ਧੂੜ ਦੇ ਤੂਫਾਨ ਨੇ ਨੇਰੋਮਾਈਨ ਸ਼ਹਿਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਕਾਰਨ ਕਈ ਸ਼ਹਿਰਾਂ ਅਤੇ ਕਸਬਿਆਂ ਵਿੱਚ ਬਿਜਲੀ ਸਪਲਾਈ ਘੰਟਿਆਂ ਲਈ ਬੰਦ ਰਹੀ। ਉੱਥੇ ਮੌਸਮ ਵਿਗਿਆਨ ਬਿਊਰੋ ਦੇ ਮੁਤਾਬਕ ਮੱਧ ਪ੍ਰਦੇਸ਼ ਵਿੱਚ ਧੂੜ ਦਾ ਤੂਫਾਨ ਵਧੇਰੇ ਪ੍ਰਭਾਵਸ਼ਾਲੀ ਰਿਹਾ। ਜ਼ਿਕਰਯੋਗ ਹੈ ਕਿ ਮੌਸਮ ਵਿਗਿਆਨ ਬਿਊਰੋ ਨੇ ਅੰਦਰੂਨੀ ਇਲਾਕਿਆਂ ਲਈ ਧੂੜ ਭਰੇ ਬੱਦਲਾਂ ਵਾਲੇ ਭਾਰੀ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਲੋਕ ਪਹਿਲਾਂ ਹੀ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਸਨ। ਮੌਸਮ ਵਿਭਾਗ ਨੇ ਕਿਹਾ ਹੈ ਕਿ ਪਾਕਸ ਸ਼ਹਿਰਾਂ ਵਿੱਚ ਹਵਾਵਾਂ ਦੀ ਗਤੀ 94 ਕਿਲੋਮੀਟਰ ਪ੍ਰਤੀ ਘੰਟਾ ਸੀ, ਜਦਕਿ ਡੱਬੋ ਸ਼ਹਿਰ ਵਿੱਚ 107 ਕਿਲੋਮੀਟਰ ਪ੍ਰਤੀ ਘੰਟਾ ਰਿਕਾਰਡ ਕੀਤਾ ਗਿਆ। ਮੌਸਮ ਵਿਗਿਆਨੀ ਰੋਜ਼ ਬਾਹਰ ਨੇ ਕਿਹਾ ਹੈ ਕਿ ਨਿਊ ਸਾਊਥ ਵੇਲਸ ਦੇ ਕੇਂਦਰੀ, ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਵੀ ਐਤਵਾਰ ਨੂੰ ਮੀਂਹ ਪਿਆ ਸੀ। ਮੀਡੀਆ ਡੈਸਕ ਦਾ ਟੀਵੀ NRI।